ਯਾਰ ਆਹ ਗੱਲ ਕਹਿਣੀ ਸੌਖੀ ਆ ਕਿ ਮੁੰਡਾ ਵਿਦੇਸ਼ ਰਹਿੰਦਾ, ਮੁੰਡਾ ਵਿਦੇਸ਼ ਗਿਆ, ਪਰ ਵਿਦੇਸ਼ਾਂ ਦੇ ਹਾਲਾਤ ਕੀ ਆ? ਇਹ ਤਾਂ ਵਿਦੇਸ਼ 'ਚ ਰਹਿੰਦਾ ਧੀ ਪੋਤੀ ਜਾਂਦਾ ਏ ਕਿ ਉੱਥੋਂ ਦੇ ਹਾਲਾਤ ਕੀ ਆ। ਕੁਝ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਵਿਦੇਸ਼ਾਂ ਦੇ ਹਾਲਾਤ ਵਧੀਆ ਸੀ। ਪੰਜਾਬ ਤੋਂ ਗਏ ਨੌਜਵਾਨਾਂ ਨੇ ਕਾਫੀ ਪੈਸੇ ਕਮਾਏ ਤੇ ਉਧਰ ਜਾ ਕੇ ਪੱਕੇ ਵੀ ਹੋ ਗਏ, ਪਰ ਹੁਣ ਵਿਦੇਸ਼ਾਂ ਦੇ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ। ਜਿੱਥੇ ਕੰਮ ਨਹੀਂ ਮਿਲਦਾ ਪਿਆ ਉੱਥੇ ਵਿਦੇਸ਼ 'ਚ ਜਾ ਕੇ ਦਿਲ ਲਾਉਣਾ ਵੀ ਕਿਹੜਾ ਸੌਖਾ ਪਿਆ ਏ। ਕੋਈ ਵੀ ਕੰਟਰੀ ਦੇਖ ਲਵੋ, ਹਰ ਇੱਕ ਉੱਥੇ ਰਹਿਣ ਵਾਲਾ ਪੰਜਾਬੀ ਇਹੀ ਕਹਿੰਦਾ ਏ, ਬਈ ਇੱਧਰ ਨਾ ਆਓ, ਬਹੁਤ ਬੁਰੇ ਹਾਲਾਤ ਨੇ, ਕੰਮ ਨਹੀਂ ਮਿਲਦਾ ਪਿਆ। ਹਾਲ ਹੀ ਵਿੱਚ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ, ਜਿਹੜਾ ਵੀਰ ਇੰਗਲੈਂਡ 'ਚ ਰਹਿੰਦਾ ਹੈ ਤੇ ਕਹਿ ਰਿਹਾ ਹੈ ਕਿ ਯਾਰ ਦਿਲ ਨਹੀਂ ਲੱਗਦਾ। ਕਹਿ ਰਿਹਾ ਕਿ ਜਦੋਂ ਮੈਂ ਆਪਣੇ ਪੈਸੇ ਪੂਰੇ ਕਰ ਲਏ ਤੇ ਮੈਂ ਆਪਣੇ ਪੰਜਾਬ ਚਲਿਆ ਜਾਣਾ ਹੈ, ਆਪਣੇ ਪਿੰਡ ਚਲਿਆ ਜਾਣਾ ਹੈ। ਫਵਾੜੀਆ ਪਿੰਡ ਵਧੀਆ ਸੀ ਕਿ ਇੱਥੇ ਵਧੀਆ ਸੀ? ਪਿੰਡ ਵਧੀਆ ਕਿ ਇੱਥੇ ਵਧੀਆ? ਸ਼ਹਿਰ ਆਪਣਾ ਵਧੀਆ, ਇੱਥੇ ਨਹੀਂ ਹੈ, ਇੱਥੇ ਕੁਛ ਵੀ ਹੈ ਨਹੀਂ। ਕੀ ਚਾਹੁੰਦਾ ਇੱਥੇ ਤੂੰ? ਵੈਸੇ ਉੱਤਰ ਜਾਣ, ਘਰ ਚਲ ਜਾਈਏ। ਅੱਛਾ ਦੇਖ ਲਓ ਵੀ ਇਹ ਬੰਦਾ ਕਹਿੰਦਾ ਕਿ ਮੈਂ 25 ਲੱਖ ਲਾ ਕੇ ਆਇਆ ਆ, ਉਹ ਹੁਣ 25 ਪੂਰਾ ਹੋ ਜਾਵੇ ਮੈਂ ਪਿੰਡ ਚੱਲ ਜਾਵਾਂ, ਇਹੀ ਗੱਲ ਆ? ਹਾਂ ਕਰਜ਼ਾ ਕੁਰਜ਼ਾ ਉੱਤਰ ਗਿਆ ਵੀ ਇੱਥੇ ਕੁਛ ਨਹੀਂ, ਲੱਗ ਰਹੀ ਉਹਦਾ ਕੰਮ ਕਰਦੇ ਕਰਦੇ। ਹਾਂ ਨਹੀਂ ਤੇਰੀ ਮੰਮੀ ਵਧੀਆ ਸੀਗੇ, ਤੇਰੀ ਮੰਮੀ ਨੂੰ ਭੇਜ ਦਈਏ ਵੀਡੀਓ? ਨਾ ਰਹਿਣ ਦੋ, ਕਾਹਤੋਂ ਐਵੇਂ ਦਿਲ ਹੌਲਾ ਕਰੂ? ਯਾਰੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡਾ ਵੀ ਪਿੰਡ ਆਉਣ ਨੂੰ ਦਿਲ ਕਰਦਾ ਹੈ, ਤੇ ਆਪਣੇ ਉਸ ਯਾਰ ਦੋਸਤ ਤੱਕ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਿ ਜਿਹੜਾ ਵਿਦੇਸ਼ ਆਉਣਾ ਚਾਹੁੰਦਾ ਹੈ, ਜਿਸ ਦੇ ਸਿਰ ਤੇ ਵਿਦੇਸ਼ ਆਉਣ ਦਾ ਭੂਤ ਸਵਾਰ ਹੋਇਆ ਹੈ, ਉਹ ਪਹਿਲਾਂ ਇੱਥੋਂ ਦੇ ਹਾਲਾਤ ਦੇਖ ਲਵੇ ਤੇ ਫਿਰ ਹੀ ਵਿਦੇਸ਼ ਆਉਣ ਬਾਰੇ ਸੋਚੇ। ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਹੀ ਖਤਮ ਕਰਦੇ ਹਾਂ, ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।